ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੁਆਰਾ ਜਾਰੀ ਕੀਤੀਆਂ ਗਈਆਂ ਗਰਾਂਟਾਂ ਦੇ ਤਹਿਤ ਅੰਮ੍ਰਿਤਸਰ ਦੇ ਹਲਕਾ ਪੂਰਵੀ ਦੀ ਵਾਰਡ ਨੰਬਰ 21 ਦੇ ਇਲਾਕਾ ਪੱਤੀ ਆਦੀਆਂ ਦੀ ਅਤੇ ਮੁੱਖ ਅੱਡਾ ਵੇਰਕਾ ਵਿਖੇ 1 ਕਰੋੜ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕਾਰਜਾਂ ਦਾ ਉਦਘਾਟਨ ਵਾਰਡ ਦੀ ਕੌਂਸਲਰ ਪਰਮਿੰਦਰ ਕੌਰ ਹੁੰਦਲ ਅਤੇ ਮਾਸਟਰ ਹਰਪਾਲ ਸਿੰਘ ਵੇਰਕਾ ਦੀ ਅਗਵਾਈ ਵਿੱਚ ਕਰਵਾਏ ਗਏ ਸਮਾਗਮ ਦੌਰਾਨ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੀ ਸਾਬਕਾ ਵਿਧਾਇਕ ਡਾਕਟਰ ਨਵਜੋਤ ਕੌਰ ਸਿੱਧੂ ਵੱਲੋਂ ਰਿਬਨ ਕੱਟ ਕੇ ਕੀਤਾ ਗਿਆ ਅਤੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਉਪਰੰਤ ਇਲਾਕਾ ਵਾਸੀਆਂ ਦੀਆਂ ਮੁਸ਼ਕਲਾਂ ਵੀ ਸੁਣੀਆਂ। ਅੱਜ ਜਿਹੜੇ 21 ਨੰਬਰ ਵਾਰਡ ਦੇ ਜਿਹੜੇ ਉਦਘਾਟਨ ਕੀਤੇ ਗਏ ਉਹਦੇ ਵਿੱਚ ਰੀਮਿਕਸ ਜਿਹੜੇ ਪਾਈ ਗਈ ਆ ਅਤੇ ਗਲੀਆਂ ਦੇ ਵਿੱਚ ਟਾਈਲਾਂ ਜਿਹੜੀਆਂ ਲਵਾਈਆਂ ਗਈਆਂ ਵਾ ਅਤੇ ਹੋਰ ਵੀ ਜਿਹੜੇ ਕੰਮ ਆ ਜਿਹੜੇ ਹੋਏ ਆ ਉਹਨਾਂ 'ਤੇ ਵੀ ਅੱਜ ਮੈਡਮ ਨੂੰ ਮੌਕਾ ਵਿਖਾਇਆ ਗਿਆ ਵਾ ਵੀ ਆਹ ਕੰਮ ਜਿਹੜੇ ਆ ਲਗਭਗ 1 ਕਰੋੜ ਦੇ ਜਿਹੜੇ ਕੰਮ ਆ ਉਹ ਹੋ ਚੁੱਕੇ ਆ ਅਤੇ ਗਾਂਹ ਵੀ ਜਿਹੜਾ ਵਾ ਉਹਨਾਂ ਦਾ ਐਸਟੀਮੇਟ ਬਣਾ ਕੇ ਜਿਹੜੇ ਅਗਲੇ ਕੰਮਾਂ ਦਾ ਵਾ ਉਹ ਵੀ ਅਸੀਂ ਭੇਜਤਾ ਵਾ ਉਹ ਛੇਤੀ ਆਪਣਾ ਟੈਂਡਰ ਹਫ਼ਤੇ ਅਗਲੇ 2 ਹਫ਼ਤਿਆਂ ਤੀਕ ਲੱਗ ਕੇ ਉਹ ਵੀ ਕੰਮ ਜਿਹੜਾ ਵਾ ਜਲਦ ਤੋਂ ਜਲਦ ਚਾਲੂ ਹੋ ਜੂਗਾ। ਪਲਾਂਟੇਸ਼ਨ ਬਾਰੇ ਸਿੱਧੂ ਸਾਹਿਬ ਦਾ ਸ਼ੁਰੂ ਤੋਂ ਹੀ ਹੈਗਾ ਸੀ ਜਦੋਂ ਉਹਨਾਂ ਨੇ ਇਲੈਕਸ਼ਨ ਜਿੱਤ ਕੇ ਆਏ ਸੀ ਉਹਨਾਂ ਨੇ ਉਦੋਂ ਵੀ ਕਿਹਾ ਸੀ ਵੀ ਅਸੀਂ ਅੰਮ੍ਰਿਤਸਰ ਦੇ ਵਿੱਚ ਬਹੁਤ ਹਰਿਆਲੀ ਚਾਹੁੰਦੇ ਵੀ ਵਧੀਆ ਬੂਟੇ ਲਾਉਣਾ ਚਾਹੁੰਦੇ ਹਾਂ ਹੁਣ ਅਸੀਂ ਪੂਰੀ ਵਾਲੇ ਸੰਤਾਂ ਨਾਲ ਜਿਹੜੇ ਮਹਾਂਪੁਰਸ਼ ਆ ਉਹਨਾਂ ਨਾਲ ਗੱਲ ਕੀਤੀ ਆ ਵੀ ਅਸੀਂ ਪਲਾਂਟੇਸ਼ਨ ਥੋੜ੍ਹਾ ਜਿਹਾ ਮੌਸਮ ਥੋੜ੍ਹਾ ਜਿਹਾ ਚੇਂਜ ਹੁੰਦਾ ਵਾ ਉਸ ਤੋਂ ਬਾਅਦ ਜਿਹੜੀ ਪਲਾਂਟੇਸ਼ਨ ਉਹਨਾਂ ਦੇ ਸਹਿਯੋਗ ਨਾਲ ਕਰਾਈ ਜਾਵੇਗੀ ਅਤੇ ਉਹ ਸਾਡੀ ਸਪੋਰਟ ਕਰਨਗੇ ਹਰ ਪੱਖੋਂ। ਕਿਹਦੇ ਵਿੱਚ ਬਹੁਤ ਹੀ ਮਿਹਨਤੀ ਸਾਡੇ ਕਾਉਂਸਲਰ ਨਾਲ ਹਰਪਾਲ ਵੇਰਕਾ ਜੀ ਨੇ ਇਹਨਾਂ ਨੇ ਗਲੀ ਗਲੀ ਜਾ ਕੇ ਇਕੱਲਾ ਇਹ ਗੱਲ ਨਹੀਂ ਹੈ ਕਿ 1 ਕਰੋੜ ਦੇ ਕੰਮ ਕਰਵਾਏ ਹੈ ਪਰ ਜਿਹੜੇ ਲੈਵਲ ਦੇ ਕੰਮ ਕਰਵਾਏ ਹੈ ਸਾਰੇ ਚੈੱਕ ਕਰਵਾਏ ਦਿਖਵਾਏ ਕਿ ਕੁਆਲਿਟੀ ਆਫ ਵਰਕ ਕਿੰਨਾ ਹੈ ਆਪ ਇੱਕ ਗਲੀ ਦਾ ਖਿਆਲ ਰੱਖਣਾ ਪਤਾ ਹੋਣਾ ਕਿ ਤੁਹਾਡਾ ਇੰਨਾ ਕੰਮ ਹੋ ਗਿਆ ਕਿੰਨਾ ਰਹਿ ਗਿਆ ਉਹਦੀ ਕੁਆਲਿਟੀ ਆਫ ਵਰਕ ਕਿੱਥੇ ਬਹੁਤ ਜ਼ਰੂਰੀ ਹੈ ਸੋ 1 ਕਰੋੜ ਦਾ ਕੰਮ ਸੰਪੰਨ ਕਰਾਏ ਨਾਲ ਹੀ 2-3 ਕਰੋੜ ਦੇ ਆਲਰੇਡੀ ਤਿਆਰ ਕਰਕੇ ਲਿਸਟ ਬੈਠੇ ਹੋਏ ਹੈ ਸੋ ਓਵਰਆਲ ਵੀ ਬਹੁਤ ਹੁੰਦਾ ਇਹ ਨਹੀਂ ਹੁੰਦਾ ਕਿ ਇਕੱਲਾ ਉਹ ਕਰਨਾ 6000 ਤੋਂ ਉੱਤੇ ਇਹਨਾਂ ਨੇ ਫਾਰਮ ਭਰੇ ਹੈ ਜਿਹੜੇ ਕਿ ਅਸੀਂ ਨੀਲੇ ਕਾਰਡ ਆਈਡੈਂਟੀਫਾਈ ਕਰਕੇ ਕਰਨੇ ਹੈ ਨਾਲੇ ਇਹੋ ਜਿਹੇ ਕਾਉਂਸਲਰ ਚਾਹੀਦੇ ਆ ਜਿਹੜੇ 12 ਘੰਟੇ ਕੋਈ ਆ ਜਾਵੇ ਕਦੇ ਵੀ ਸਟੈਂਪ ਕਰਦੇ। ਸਾਹਿਬ ਨੇ ਅੱਜ ਦੱਸਿਆ ਕਿ ਭੂਰੀ ਵਾਲੇ ਸੰਤਾਂ ਨਾਲ ਵੀ ਇਹਨਾਂ ਨੇ ਗੱਲ ਕੀਤੀ ਹੈ 1.25 ਲੱਖ ਬੂਟਾ ਅਸੀਂ ਤਿਆਰ ਕੀਤਾ ਹਰਾ ਭਰਾ ਕਰੀਏ ਇਲੈਕਟ੍ਰਿਕ ਵਹੀਕਲਸ 'ਤੇ ਅਸੀਂ ਵਰਕ ਕਰ ਰਹੇ ਹਾਂ।